ਤੇ ਇੱਕ ਫਰੀਦਕੋਟ ਦੇ ਜ਼ਿਲ੍ਹੇ ਦਾ ਬੰਦਾ ਆ ਕੇ ਲੁਧਿਆਣੇ ਨੂੰ ਕਿਵੇਂ ਸਮਝੂਗਾ, ਲੁਧਿਆਣੇ ਦੇ ਲੋਕਾਂ ਦੀਆਂ ਲੋੜਾਂ ਨੂੰ ਕਿਵੇਂ ਸਮਝੂਗਾ, ਕਿਵੇਂ ਪੂਰਾ ਕਰੂਗਾ? ਇਹ ਮੈਂ ਸਮਝਾਂ ਵੀ ਲੁਧਿਆਣੇ ਦੇ ਲੋਕਾਂ ਦੇ ਨਾਲ ਵੱਡਾ ਧੋਖਾ। ਕਾਂਗਰਸ ਬੇਈਮਾਨ ਪਾਰਟੀ ਆ, ਬੇਈਮਾਨੀ ਕਰ ਰਹੀ ਆ, ਇਹ ਲੋਕਾਂ ਦੀਆਂ ਵੋਟਾਂ ਸਿਰਫ ਲੈਣਾ ਚਾਹੁੰਦੀ ਆ, ਕੰਮ ਕਰਨਾ ਇਹਨਾਂ ਦੇ ਏਜੰਡੇ 'ਤੇ ਨਹੀਂ। ਪਰ ਇਹ ਦੋਨੇ ਬਹੁਤ ਜ਼ਿਆਦਾ ਚਰਚੇ ਦੇ ਵਿੱਚ ਰਹਿੰਦੇ ਨੇ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਨੇ, ਇੱਕ ਦੂਜੇ ਦੀਆਂ ਕਮਜ਼ੋਰੀਆਂ ਦੱਸੀ ਜਾਂਦੇ ਨੇ ਵੀ ਇਹਨੇ ਬੰਦੇ ਮਾਰਤੇ ਸੀ ਜੀ, ਉਹ ਕਹਿੰਦਾ ਇਹਦੇ ਦਾਦੇ ਨੇ ਬੰਦੇ ਮਾਰਤੇ ਸੀ ਜੀ। ਜਿਹੜੇ ਲੋਕ, ਜਿਹੜੇ ਲੀਡਰ ਸਟੇਜਾਂ 'ਤੇ ਖੜ੍ਹ ਕੇ ਨਸ਼ਿਆਂ ਦੇ ਖਿਲਾਫ ਗੱਲਾਂ ਕਰਦੇ ਨੇ, ਉੱਚੀ ਉੱਚੀ ਬੋਲਦੇ ਨੇ, ਹੁਣ ਅਖੀਰਲੇ ਦਿਨਾਂ 'ਚ ਨਸ਼ੇ ਵੰਡਦੇ ਨੇ ਲੋਕਾਂ ਨੂੰ ਭਰਮਾਉਣ ਦੀ ਖਾਤਰ, ਵੋਟ ਲੈਣ ਦੀ ਖਾਤਰ। ਤੁਸੀਂ ਕਿੱਦਾਂ ਮਤਲਬ ਕਹਿ ਸਕਦੇ ਹੋ ਸ਼ੋਰਿਟੀ ਨਾਲ ਕਿ ਉਹ ਦਾਰੂ ਵੰਡ ਰਹੇ ਨੇ? ਲੋਕਾਂ ਨੇ ਦੱਸਿਆ ਮੈਨੂੰ ਵੀ ਦਾਰੂ ਵੀ ਸਾਡੇ ਕੋਲ ਪਹੁੰਚੀ ਆ, ਪੈਸੇ ਦੀ ਵੀ ਆਫਰ ਕਰਦੇ ਨੇ। ਮੈਂ ਕਹਿੰਦਾ ਵੀ ਪੈਸੇ ਵੀ ਲਓ ਇਹਨਾਂ ਤੋਂ, ਕਿਉਂਕਿ ਲੁੱਟੇ ਹੋਏ ਨੇ ਗਰੀਬਾਂ ਦੇ, ਪੈਸੇ ਇਹਨਾਂ ਤੋਂ ਲੈ ਲਓ ਪਰ ਇਹਨਾਂ ਨੂੰ ਵੋਟ ਨਾ ਪਾਓ, ਕਿਉਂਕਿ ਇਹਨਾਂ ਨੇ ਸਵਾਰਨਾ ਕੁਛ ਨਹੀਂ। ਨਾਲੇ ਜਿਹੜੇ ਤੁਹਾਨੂੰ ਪੈਸੇ ਦਿੰਦੇ ਨੇ, ਇਹ ਪੈਸੇ ਸਿਰਫ 2 ਦਿਨ 4 ਦਿਨ 6 ਦਿਨ ਚੱਲਣੇ ਆ, ਇਹ ਸਦੀ ਵੀ ਨਹੀਂ ਚੱਲ ਸਕਦੇ। ਕੱਲ੍ਹ ਮੁੱਖ ਮੰਤਰੀ ਨੇ ਇੱਕ ਕੋਝਾ ਮਜ਼ਾਕ ਕੀਤਾ ਸਾਡੀਆਂ ਬੀਬੀਆਂ ਦੇ ਨਾਲ, ਜਿਹੜੀਆਂ ਮਾਈ ਭਾਗੋ ਦੀਆਂ ਵਾਰਸ ਨੇ, ਉਹਨਾਂ ਨਾਲ ਕੋਝਾ ਮਜ਼ਾਕ ਕਰਕੇ ਵੀ ਮੈਂ 1100 ਦਊਂ, 1000 ਦੇ ਨਹੀਂ ਸਕਿਆ, ਮੈਂ 1100 ਦਊਂ। ਪਰ ਜਦੋਂ 7-8 ਲੱਖ ਰੁਪਏ ਲਾ ਕੇ, ਡਿਗਰੀ ਲੈ ਕੇ, ਇੱਥੇ 10-15 ਹਜ਼ਾਰ ਦੀ ਨੌਕਰੀ ਕਰਨੀ ਪੈਂਦੀ ਹੈ, ਬੱਚਾ ਉਹ ਕਰਨ ਨੂੰ ਨਹੀਂ ਤਿਆਰ ਹੁੰਦਾ, ਤੁਸੀਂ ਉਸ ਚੀਜ਼ ਨੂੰ ਕਿਸ ਵੇ ਨਾਲ ਦੇਖਦੇ ਹੋ? ਸਾਨੂੰ ਐਜੂਕੇਸ਼ਨ ਦਾ ਸਟੈਂਡਰਡ ਚੇਂਜ ਕਰਨਾ ਚਾਹੀਦਾ, ਸਕਿੱਲ ਐਜੂਕੇਸ਼ਨ ਵੱਲ ਵਧਣਾ ਚਾਹੀਦਾ, ਇੱਧਰਲੇ ਬੰਨੇ ਵਧਣ ਦੀ ਲੋੜ ਆ। ਜੇ ਅਸੀਂ ਡਿਗਰੀਆਂ ਵੱਲ ਜਾਵਾਂਗੇ, ਡਿਗਰੀਆਂ ਲੈ ਕੇ ਬੱਚਾ ਫਿਰ ਉਦੋਂ ਬਾਅਦ ਡਿਮੋਰਟਾਈਜ਼ ਹੋ ਜਾਂਦਾ, ਅਤੇ ਇਸ ਕਰਕੇ ਬੱਚਾ ਫਿਰ ਨਸ਼ਿਆਂ ਜਾਂ ਮਾੜੇ ਕੰਮਾਂ ਦੇ ਵਿੱਚ ਪੈ ਜਾਂਦਾ। ਪਰ ਜਦੋਂ ਸਰਕਾਰ ਬਣ ਜਾਂਦੀ ਹੈ, ਸੱਤਾ ਦੇ ਵਿੱਚ ਆ ਜਾਂਦੀਆਂ ਨੇ, ਉਹੀ ਲੀਡਰ ਨੇ ਜਿਹੜੇ ਭੁੱਲ ਜਾਂਦੇ, ਉਹਨਾਂ ਨੂੰ ਮਿਲਣ ਲਈ ਜਿਹੜੇ ਸਿਫਾਰਿਸ਼ਾਂ ਲਾਉਣੀਆਂ ਪੈਂਦੀਆਂ ਨੇ, ਕਿਉਂਕਿ ਲੀਡਰ ਹੁਣ ਜਿਹੜੇ ਨੇ ਵੋਟ ਲੈਣ ਵੇਲੇ ਉਹਨਾਂ ਦਾ ਸੁਭਾਅ ਹੋਰ ਹੁੰਦਾ, ਉਸ ਵੇਲੇ ਬੜੇ ਵਾਅਦੇ ਵੀ ਕਰਦੇ ਨੇ। ਸਰ, ਸਭ ਤੋਂ ਪਹਿਲਾਂ ਤਾਂ ਇੱਕੋ ਹੀ ਸਵਾਲ ਆ, ਆਪਾਂ ਬਹੁਤ ਸਰਵੇ ਕਰ ਰਹੇ ਨੇ, ਬਹੁਤ ਲੋਕਾਂ ਕੋਲ ਜਾ ਰਹੇ ਨੇ, ਇੱਕੋ ਹੀ ਸਵਾਲ ਆ ਰਿਹਾ, ਹਰ ਕੋਈ ਕਹਿੰਦੇ ਕਿ ਜਿਹੜੀਆਂ ਮਿੱਠੀਆਂ ਗੋਲੀਆਂ ਬਹੁਤ ਦਿੱਤੀਆਂ ਜਾਂਦੀਆਂ ਨੇ, ਪਰ ਜਦੋਂ ਸਰਕਾਰ ਬਣ ਜਾਂਦੀ ਹੈ, ਸੱਤਾ ਦੇ ਵਿੱਚ ਆ ਜਾਂਦੀਆਂ ਨੇ, ਉਹੀ ਲੀਡਰ ਨੇ ਜਿਹੜੇ ਭੁੱਲ ਜਾਂਦੇ, ਉਹਨਾਂ ਨੂੰ ਮਿਲਣ ਲਈ ਜਿਹੜੇ ਸਿਫਾਰਿਸ਼ਾਂ ਲਾਉਣੀਆਂ ਪੈਂਦੀਆਂ ਨੇ? ਦੇਖੋ, ਇਹ 'ਚ ਕੋਈ ਦੋ ਰਾਵਾਂ ਨਹੀਂ ਗੀਆਂ, ਹਾਲਾਤ ਇਸ ਤਰ੍ਹਾਂ ਦੇ ਹੀ ਨੇ, ਕਿਉਂਕਿ ਲੀਡਰ ਹੁਣ ਜਿਹੜੇ ਨੇ ਵੋਟ ਲੈਣ ਵੇਲੇ ਉਹਨਾਂ ਦਾ ਸੁਭਾਅ ਹੋਰ ਹੁੰਦਾ, ਉਸ ਵੇਲੇ ਬੜੇ ਵਾਅਦੇ ਵੀ ਕਰਦੇ ਨੇ, ਲੋਕਾਂ ਨੂੰ ਭਰਮਾਉਂਦੇ ਵੀ ਨੇ, ਲਾਲਚ ਵੀ ਦਿੰਦੇ ਨੇ, ਇੱਥੋਂ ਤੱਕ ਕਿ ਹੁਣ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹ ਨਸ਼ੇ ਵੀ ਵੰਡਦੇ ਨੇ। ਜਿਹੜੇ ਲੋਕ, ਜਿਹੜੇ ਲੀਡਰ ਸਟੇਜਾਂ 'ਤੇ ਖੜ੍ਹ ਕੇ ਨਸ਼ਿਆਂ ਦੇ ਖਿਲਾਫ ਗੱਲਾਂ ਕਰਦੇ ਨੇ, ਉੱਚੀ ਉੱਚੀ ਬੋਲਦੇ ਨੇ, ਹੁਣ ਅਖੀਰਲੇ ਦਿਨਾਂ 'ਚ ਨਸ਼ੇ ਵੰਡਦੇ ਨੇ ਲੋਕਾਂ ਨੂੰ ਭਰਮਾਉਣ ਦੀ ਖਾਤਰ, ਵੋਟ ਲੈਣ ਦੀ ਖਾਤਰ। ਅਤੇ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਨੇ, ਨਸ਼ੇ ਵੰਡਦੇ ਨੇ, ਝੂਠ ਬੋਲਦੇ ਨੇ, ਮਿੱਠੀਆਂ ਗੋਲੀਆਂ ਦਿੰਦੇ ਨੇ, ਵਾਅਦੇ ਕਰਦੇ ਨੇ ਝੂਠੇ, ਉਹ ਜਦੋਂ ਜਿੱਤ ਜਾਂਦੇ ਨੇ ਉਦੋਂ ਬਾਅਦ ਲੋਕਾਂ ਦੀ ਸਾਰ ਤੱਕ ਨਹੀਂ ਲੈਂਦੇ, ਵਾਪਸ ਨਹੀਂ ਆਉਂਦੇ। ਇਤਿਹਾਸ ਇਸ ਗੱਲ ਦਾ ਗਵਾਹ ਵਾ, ਲੁਧਿਆਣੇ ਤਾਂ ਖਾਸ ਕਰਕੇ ਇਤਿਹਾਸ ਆ, 2 ਵਾਰ ਮੈਂਬਰ ਪਾਰਲੀਮੈਂਟ ਲੁਧਿਆਣੇ ਬਣ ਗਏ, 1 ਵਾਰੀ ਅਨੰਦਪੁਰ ਸਾਹਿਬ ਤੋਂ ਬਣ ਗਏ, ਲੋਕਾਂ ਨੇ ਭਰੋਸਾ ਕੀਤਾ, ਵੋਟਾਂ ਪਾਈਆਂ, ਪਰ ਵਾਪਸ ਨਹੀਂ ਆਏ, ਵਾਪਸ ਕਿਸੇ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ, ਕਿਸੇ ਦਾ ਕੋਈ ਕੰਮ ਨਹੀਂ ਕੀਤਾ, ਕੋਈ ਐਜੂਕੇਸ਼ਨ 'ਤੇ ਨਹੀਂ ਕੰਮ ਕੀਤਾ, ਹੈਲਥ 'ਤੇ ਨਹੀਂ ਕੀਤਾ, ਜੋ ਬਹੁਤ ਮਹੱਤਵਪੂਰਨ ਆ। ਅੱਜ ਦੇਖੋ ਮਹਿੰਗਾਈ ਇੰਨੀ ਵੱਧ ਗਈ ਆ, ਜਿਹੜੇ ਸਕੂਲ ਨੇ ਪ੍ਰਾਈਵੇਟ ਉਹਨਾਂ ਦੀਆਂ ਫੀਸਾਂ ਇੰਨੀਆਂ ਜ਼ਿਆਦਾ ਨੇ, ਆਮ ਅਤੇ ਸਧਾਰਨ ਵਿਅਕਤੀ ਪਰਿਵਾਰ ਇਹ ਫੀਸਾਂ ਨਹੀਂ ਪੇ ਕਰ ਸਕਦੇ। ਚਾਹੀਦਾ ਤਾਂ ਇਹ ਸੀ ਮੈਂਬਰ ਪਾਰਲੀਮੈਂਟ ਨੂੰ ਵੀ ਕੋਈ ਕੇਂਦਰੀ ਵਿਦਿਆਲੇ ਲੈ ਕੇ ਆਉਂਦੇ, CBSE ਬੋਰਡ ਦੇ ਜਿਹੜੇ ਹੁੰਦੇ, ਜਿਹਦੇ ਨਾਲ ਸਾਡੇ ਗਰੀਬ ਮਜ਼ਦੂਰ ਮਾਤੜ ਲੋਕਾਂ ਦੇ ਬੱਚੇ ਪੜ੍ਹ ਸਕਦੇ,
ਉਹਨਾਂ ਨੂੰ ਵੀ ਐਜੂਕੇਸ਼ਨ ਮਿਆਰ ਦੀ ਮਿਲ ਸਕਦੀ, ਪਰ ਸਾਡੇ ਮੈਂਬਰ ਪਾਰਲੀਮੈਂਟ ਨਹੀਂ ਕਰਦੇ। ਕੋਈ ਐਸੀ ਸਿਹਤ ਸਹੂਲਤ ਲੈ ਕੇ ਆਉਂਦੇ ਜਿਹਦੇ ਨਾਲ ਗਰੀਬ ਲੋਕ ਵੀ ਇਲਾਜ ਕਰਾ ਸਕਦੇ। ਅੱਜ ਇਲਾਜ ਚਾਹੇ ਲੁਧਿਆਣੇ 'ਚ ਬਹੁਤ ਹੋਸਪਿਟਲ ਨੇ, ਪਰ ਇੰਨਾ ਮਹਿੰਗਾ, ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਉਹਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਪਰ ਆਪਾਂ ਇਲਾਜ ਦੀ ਗੱਲ ਕਰ ਰਹੇ ਹਾਂ, ਡਾਕਟਰ ਦੀ ਫੀਸ ਇੰਨੀ ਮਹਿੰਗੀ ਹੈ ਕਿ ਨੋਰਮਲ ਬੰਦਾ ਦਵਾਈ ਤਾਂ ਲੈ ਲੂਗਾ, ਬਟ ਫੀਸ ਕਿੱਥੋਂ ਪੇ ਕਰੂਗਾ? ਕੱਲ੍ਹ ਮੈਂ ਉਹੀ ਕਰਦਾ, ਬੀਬਾ ਹਰਸਿਮਰਤ ਕੌਰ ਜੀ ਨੇ ਬਠਿੰਡੇ ਦੇ ਵਿੱਚ ਏਮਜ਼ ਹਸਪਤਾਲ ਬਣਾਇਆ, ਉੱਥੇ 10 ਰੁਪਏ ਦੀ ਪਰਚੀ ਦੇ ਉੱਤੇ ਸੁਪਰ ਸਪੈਸ਼ਲਿਸਟ ਡਾਕਟਰ ਉਹ ਚੈੱਕਅਪ ਕਰਦੇ ਨੇ, ਦਵਾਈ ਦਿੰਦੇ ਨੇ 10 ਰੁਪਈਏ 'ਚ, ਜਦਕਿ ਲੁਧਿਆਣੇ 1000 ਰੁਪਈਏ, 800 ਰੁਪਈਆ, 900 ਰੁਪਏ ਫੀਸ ਹੈ ਇੱਕ ਡਾਕਟਰ ਦੀ। ਫਿਰ ਉਹ ਡਾਕਟਰ ਟੈਸਟ ਇੰਨੇ ਲਿਖ ਦਿੰਦੇ ਨੇ, ਕਿਉਂਕਿ ਅੱਜ ਕੱਲ੍ਹ ਟੈਸਟ ਵੀ ਉਹਨਾਂ ਨੇ ਆਪਣੇ ਕਲੀਨਿਕ ਬਣਾ ਲਏ ਨੇ, ਆਪਣੇ ਉਹਨੇ ਲੈਬਾਂ ਬਣਾ ਲਈਆਂ ਨੇ, ਟੈਸਟ ਵੀ ਲਿਖ ਦਿੰਦੇ ਨੇ। ਇੱਕ ਵਿਅਕਤੀ ਜਦੋਂ ਕੋਈ ਗਰੀਬ ਬਿਮਾਰ ਕਿਸੇ ਹੋਸਪਿਟਲ 'ਚ ਜਾਂ ਕਿਸੇ ਡਾਕਟਰ ਕੋਲ ਜਾਂਦਾ, ਉਹਦਾ ਵਿਚਾਰੇ ਦਾ ਸਾਰਾ ਕੁਛ ਵਿਕਣ ਵਾਲਾ ਹੋ ਜਾਂਦਾ, ਜਦਕਿ ਗਰੀਬ ਦੇ ਮਜ਼ਦੂਰ ਦੇ ਇਲਾਜ ਦਾ ਪ੍ਰਬੰਧ ਗੌਰਮੈਂਟ ਨੂੰ ਕਰਨਾ ਚਾਹੀਦਾ ਸੀ। ਮੈਂਬਰ ਪਾਰਲੀਮੈਂਟ ਨੂੰ ਇਹਦੇ ਲਈ ਮਹੱਤਵਪੂਰਨ ਰੋਲ ਅਦਾ ਕਰਨਾ ਚਾਹੀਦਾ ਸੀ, ਜਿਹੜਾ ਕਿ ਨਹੀਂ ਕੀਤਾ ਗਿਆ। ਹੁਣ ਜਿਹੜੇ ਬੰਦੇ ਬਾਹਰੋਂ ਆ ਜਾਂਦੇ ਨੇ, ਗੱਲਾਂ ਕਰਦੇ ਨੇ, ਆ ਸਾਡੇ ਵੜਿੰਗ ਆ, ਰਾਜਾ ਵੜਿੰਗ, ਇਹ ਦੂਜੇ ਜ਼ਿਲ੍ਹੇ ਤੋਂ ਆਇਆ। ਦੂਜੇ ਜ਼ਿਲ੍ਹੇ ਤੋਂ ਆ ਕੇ ਤੁਸੀਂ ਇੱਕ ਦੇਖੋ, ਹਰ ਆਪਾਂ ਕਹਿੰਦੇ 12 ਕਿਲੋਮੀਟਰ ਬਾਅਦ ਲੋਕਾਂ ਦਾ ਰੀਤੀ ਰਿਵਾਜ਼ ਬਦਲ ਜਾਂਦੇ ਆ, ਸੁਭਾਅ ਬਦਲ ਜਾਂਦਾ, ਬੋਲਚਾਲ ਬਦਲ ਜਾਂਦੀ ਹੈ, ਲੈਂਗੁਏਜ ਬਦਲ ਜਾਂਦੀ ਆ। ਤੁਸੀਂ ਬਹੁਤ ਕੁਝ ਚੇਂਜ ਹੋਣ ਤੋਂ ਬਾਅਦ ਤੁਸੀਂ 300 ਕਿਲੋਮੀਟਰ ਤੋਂ ਆ ਕੇ ਤੁਸੀਂ ਇੱਕ ਜ਼ਿਲ੍ਹੇ ਨੂੰ ਕਿਵੇਂ ਸਮਝੋਗੇ? ਇੱਕ ਉਹ ਜ਼ਿਲ੍ਹਾ, ਇੱਕ ਫਰੀਦਕੋਟ ਜ਼ਿਲ੍ਹਾ ਦਾ ਅਖੀਰਲਾ ਪਿੰਡ ਜਿਹੜਾ ਬੈਕਵਰਡ, ਲੁਧਿਆਣੇ ਦੇ ਮੁਕਾਬਲੇ ਤਾਂ ਬੈਕਵਰਡ ਹੀ ਹੈ ਨਾ। ਲੁਧਿਆਣਾ ਪੜ੍ਹਿਆ ਲਿਖਿਆ ਇੰਡਸਟਰੀਅਲਿਸਟ ਜ਼ਿਲ੍ਹਾ, ਵੱਡਾ ਜ਼ਿਲ੍ਹਾ, ਬਿਗ ਜ਼ਿਲ੍ਹਾ, ਇਹਨੂੰ ਸਮਝਣਾ ਅਤੇ ਇੱਕ ਫਰੀਦਕੋਟ ਦੇ ਜ਼ਿਲ੍ਹੇ ਦਾ ਬੰਦਾ ਆ ਕੇ ਲੁਧਿਆਣੇ ਨੂੰ ਕਿਵੇਂ ਸਮਝੂਗਾ? ਲੁਧਿਆਣੇ ਦੇ ਲੋਕਾਂ ਦੀਆਂ ਲੋੜਾਂ ਨੂੰ ਕਿਵੇਂ ਸਮਝੂਗਾ, ਕਿਵੇਂ ਪੂਰਾ ਕਰੂਗਾ? ਇਹ ਲੈਦਣਾ, ਮੈਂ ਸਮਝਾਂ ਵੀ ਲੁਧਿਆਣੇ ਦੇ ਲੋਕਾਂ ਦੇ ਨਾਲ ਵੱਡਾ ਧੋਖਾ। ਕਾਂਗਰਸ ਬੇਈਮਾਨ ਪਾਰਟੀ ਆ, ਬੇਈਮਾਨੀ ਕਰ ਰਹੀ ਆ, ਇਹ ਲੋਕਾਂ ਦੀਆਂ ਵੋਟਾਂ ਸਿਰਫ ਲੈਣਾ ਚਾਹੁੰਦੀ ਆ, ਕੰਮ ਕਰਨਾ ਇਹਨਾਂ ਦੇ ਏਜੰਡੇ 'ਤੇ ਨਹੀਂ। ਇਹ ਆਪਣੇ ਨੰਬਰ ਪੂਰੇ ਕਰਨਾ ਚਾਹੁੰਦੇ ਨੇ ਵੀ ਕਿਸੇ ਤਰੀਕੇ ਅਸੀਂ ਬੰਦੇ ਐਡਜਸਟ ਕਰਕੇ ਨੰਬਰ ਪੂਰੇ ਕਰ ਲਈਏ, ਲੋਕਾਂ ਦਾ ਕੁਛ ਬਣੇ ਚਾਹੇ ਨਾ ਬਣੇ। ਕਾਂਗਰਸ ਨੇ ਪਿਛਲੇ 3 ਟਰਮਾਂ ਤੋਂ ਬਾਹਰੋਂ ਉਮੀਦਵਾਰ ਦਿੱਤਾ ਲੁਧਿਆਣੇ, ਜਿਸ ਕਰਕੇ ਸਾਡਾ ਲੁਧਿਆਣਾ ਬਹੁਤ ਪਛੜ ਗਿਆ, ਹਰ ਪੱਖ ਤੋਂ ਪਛੜ ਗਿਆ। ਨਾ ਸਾਡੇ ਇੰਡਸਟਰੀ ਲਈ ਕੁਛ ਸੋਚਿਆ ਗਿਆ, ਨਾ ਸਾਡੇ ਯੁਵਾਵਾਂ ਲਈ ਕੁਛ ਸੋਚਿਆ ਗਿਆ, ਨਾ ਸਾਡੇ ਮਜ਼ਦੂਰ ਅਤੇ ਗਰੀਬਾਂ ਲਈ ਕੁਛ ਸੋਚਿਆ ਗਿਆ, ਕੁਛ ਵੀ ਨਹੀਂ ਇਹਨਾਂ ਲੋਕਾਂ ਲਈ ਸੋਚਿਆ ਗਿਆ। ਕਾਂਗਰਸ ਪਾਰਟੀ ਨੇ ਲੁਧਿਆਣੇ ਨਾਲ ਵੱਡਾ ਧੋਖਾ ਕੀਤਾ, ਪੰਜਾਬ ਨਾਲ ਧੋਖਾ ਕੀਤਾ, ਲੰਮਾ ਸਮਾਂ ਦੇਸ਼ ਵਿੱਚ ਅਤੇ ਪੰਜਾਬ ਵਿੱਚ ਰਾਜ ਕੀਤਾ। ਕੋਈ ਵੀ ਪੰਜਾਬ ਦੇ ਦੇਸ਼ ਦੇ ਲਈ ਇਹਨਾਂ ਦੀ ਤਰੱਕੀ ਦੀ ਕੋਈ ਵੀ ਇੱਕ ਦਾਸਤਾਨ ਨਹੀਂ ਹੈਗੀ। ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਮੁੱਢੋਂ ਰੱਦ ਕਰੋ, ਬਿੱਟੂ ਨੂੰ ਮੁੱਢੋਂ ਰੱਦ ਕਰੋ, ਕਾਂਗਰਸ ਨੂੰ ਮੁੱਢੋਂ ਰੱਦ ਕਰ ਦਿਓ। ਆਪਣੇ ਲੁਧਿਆਣੇ ਦਾ ਵਿਅਕਤੀ ਚੁਣੋ ਜਿਹੜਾ ਲੁਧਿਆਣੇ ਬਾਰੇ ਜਾਣਦਾ ਹੋਵੇ, ਲੁਧਿਆਣੇ ਦੀ ਗੱਲ ਕਰਦਾ ਹੋਵੇ, ਲੁਧਿਆਣੇ ਨੂੰ ਸਮਝ ਕੇ ਉਹਦੇ ਮਸਲੇ ਹੱਲ। ਪਰ ਇਹ ਦੋਨੇ ਬਹੁਤ ਜ਼ਿਆਦਾ ਚਰਚੇ ਦੇ ਵਿੱਚ ਰਹਿੰਦੇ ਨੇ, ਕਦੇ ਰਾਜਾ ਵੜਿੰਗ ਆਪਣੀ ਗੱਡੀਆਂ ਨੂੰ ਲੈ ਕੇ ਰਹਿੰਦੇ ਨੇ, ਅਤੇ ਕਦੇ ਬਿੱਟੂ ਜੀ ਨੇ ਜਿਹੜੇ ਕਿ ਆਪਣੀ ਵੱਡੀਆਂ ਵੱਡੀਆਂ ਗੱਲਾਂ ਕਰਕੇ ਚਰਚੇ ਦੇ ਵਿੱਚ ਰਹਿੰਦੇ ਨੇ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਚਰਚਾ 'ਚ ਹੀ ਰਹਿੰਦੇ ਨੇ ਨਾ, ਚਰਚਾ ਵਿੱਚ ਹੀ ਰਹਿੰਦੇ ਨੇ, ਕੰਮ ਤਾਂ ਨਹੀਂ ਨਾ ਕਰਦੇ। ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਨੇ, ਇੱਕ ਦੂਜੇ ਦੀਆਂ ਕਮਜ਼ੋਰੀਆਂ ਦੱਸੀ ਜਾਂਦੇ ਨੇ ਵੀ ਉਹਨੇ ਬੰਦੇ ਮਾਰਤੇ ਸੀ ਜੀ, ਉਹ ਕਹਿੰਦਾ ਇਹਦੇ ਦਾਦੇ ਨੇ ਬੰਦੇ ਮਾਰਤੇ ਸੀ ਜੀ, ਉਹਨੇ ਆਹ ਕਰਤਾ ਸੀ ਜੀ, ਉਹਨੇ ਆਹ ਕਰਤਾ ਸੀ। ਲੁਧਿਆਣੇ ਦੇ ਇਸ਼ੂ, ਲੁਧਿਆਣੇ ਦੇ ਮੁੱਦੇ, ਲੁਧਿਆਣੇ ਦੀਆਂ ਲੋੜਾਂ, ਉਹ ਕਿੱਥੇ ਨੇ? ਉਹ ਤਾਂ ਹੈ ਨਹੀਂ। ਇਸ ਕਰਕੇ ਮੈਂ ਜਿਹੜੀ ਬੇਨਤੀ ਕਰਦਾ ਲੁਧਿਆਣੇ ਦੇ ਲੋਕਾਂ ਨੂੰ, ਬੇਨਤੀ ਕਰਦਾ ਸਮਝਦਾਰੀ ਤੋਂ ਕੰਮ ਲਓ। ਇਹਨਾਂ ਲੋਕਾਂ ਕੋਲ ਵਾਧੂ ਪੈਸੇ ਆ, ਉਹਨਾਂ ਨੇ ਵਾਡੀਆਂ ਦੇ ਵਿੱਚੋਂ ਕਮਾਏ ਹੋਏ ਨੇ, ਉਹਨਾਂ ਨੇ ਜਿਹੜੇ ਕੇਂਦਰ ਗੌਰਮੈਂਟ ਸਰਕਾਰ ਹੋਣ ਕਰਕੇ ਬਹੁਤ ਵੱਡੇ ਫੰਡ ਮਿਲੇ ਨੇ, ਇਹਨਾਂ ਕੋਲ ਪੈਸਿਆਂ ਦੀ ਕੋਈ ਟੋਟ ਨਹੀਂ। ਪੈਸੇ ਇਹਨਾਂ ਤੋਂ ਲੈ ਲਓ,
ਦਾਰੂ ਜੇ ਵਿੱਚ ਦਾਰੂ ਵੀ ਪਿਲਾਉਂਦੇ ਨੇ ਦੇਖੋ, ਨਸ਼ੇ ਛਡਾਉਣ ਦੀ ਗੱਲ ਕਰਨ ਵਾਲੇ ਲੋਕ ਸਟੇਜਾਂ 'ਤੇ ਅੱਜ ਦਾਰੂ ਵੰਡ ਰਹੇ ਨੇ। ਇਹਨਾਂ ਤੋਂ ਦਾਰੂ ਵੈਸੇ ਤਾਂ ਦੇਖੋ ਬਹੁਤ ਮਾੜੀ ਗੱਲ ਆ ਵੀ ਦਾਰੂ ਵੰਡਣੀ। ਤੁਸੀਂ ਕਿੱਦਾਂ ਮਤਲਬ ਕਹਿ ਸਕਦੇ ਹੋ ਸ਼ੋਰਿਟੀ ਨਾਲ ਕਿ ਉਹ ਦਾਰੂ ਵੰਡ ਰਹੇ ਨੇ? ਲੋਕ ਦੱਸਦੇ ਨੇ, ਲੋਕਾਂ ਨੇ ਦੱਸਿਆ ਮੈਨੂੰ ਵੀ ਦਾਰੂ ਵੀ ਸਾਡੇ ਕੋਲ ਪਹੁੰਚੀ ਆ, ਪੈਸੇ ਦੀ ਵੀ ਔਫਰ ਕਰਦੇ ਨੇ। ਮੈਂ ਕਹਿੰਦਾ ਵੀ ਪੈਸੇ ਵੀ ਲਓ ਇਹਨਾਂ ਤੋਂ, ਕਿਉਂਕਿ ਲੁੱਟੇ ਹੋਏ ਨੇ ਗਰੀਬਾਂ ਦੇ। ਦਾਰੂ ਜੇ ਪਿਲਾਉਂਦੇ ਨੇ ਉਹ ਵੀ ਪੀ ਲਓ, ਪਰ ਪੀਣੀ ਨਹੀਂ ਚਾਹੀਦੀ। ਦਾਰੂ ਮਾੜੀ ਚੀਜ਼ ਆ, ਮਾੜੀ ਸ਼ੈ ਆ। ਦਾਰੂ ਪੀ ਪੀ ਕੇ ਲੋਕ ਵਿਚਾਰੇ ਮਰ ਗਏ। ਸੰਗਰੂਰ ਦੇ ਵਿੱਚ ਜਾਲੀ ਦਾਰੂ ਹੁੰਦੀ ਹੈ, ਦੋ ਨੰਬਰੀ ਦਾਰੂ ਹੁੰਦੀ ਹੈ। ਪੈਸੇ ਇਹਨਾਂ ਤੋਂ ਲੈ ਲਓ, ਪਰ ਇਹਨਾਂ ਨੂੰ ਵੋਟ ਨਾ ਪਾਓ, ਕਿਉਂਕਿ ਇਹਨਾਂ ਨੇ ਸਵਾਰਨਾ ਕੁਛ ਨਹੀਂ। ਨਾਲੇ ਜਿਹੜੇ ਤੁਹਾਨੂੰ ਪੈਸੇ ਦਿੰਦੇ ਨੇ, ਇਹ ਪੈਸੇ ਸਿਰਫ 2 ਦਿਨ, 4 ਦਿਨ, 6 ਦਿਨ ਚੱਲਣੇ ਆ, ਇਹ ਸਦੀ ਵੀ ਨਹੀਂ ਚੱਲ ਸਕਦੇ। ਜੇ ਆਪਾਂ ਜ਼ਮੀਰ ਵੇਚਣੀ ਆ 2 ਦਿਨ ਵਾਸਤੇ, ਅਤੇ ਮਰ ਕੇ ਬਾਕੀ 5 ਸਾਲ ਆਪਾਂ ਘਰੋਂ ਖਾਂਦੇ ਹਾਂ ਨਾ, ਪਰਿਵਾਰ ਕਮਾਈ ਕਰਕੇ ਖਾਂਦਾ, 2 ਦਿਨ ਨਾਲ ਕੀ ਫਰਕ ਪੈ ਜੂਗਾ? 2 ਦਿਨ ਦੇ ਪੈਸਿਆਂ ਨਾਲ ਕੀ ਸਾਡਾ ਬਣ ਜੂਗਾ? ਇਸ ਕਰਕੇ ਆਪਣੇ ਭਵਿੱਖ ਨੂੰ ਸੋਚੋ। ਇੱਕ ਪਾਸੇ ਤੁਹਾਡਾ ਭਵਿੱਖ, ਇਹ 2000 ਰੁਪਈਆ 4000 ਰੁਪਏ ਦੇ ਕੇ ਤੁਹਾਡਾ ਭਵਿੱਖ ਧੁੰਦਲਾ ਕਰਨਗੇ, ਇੱਕ ਪਾਸੇ ਅਸੀਂ ਸੇਵਾ ਕਰਕੇ ਤੁਹਾਡਾ ਭਵਿੱਖ ਉਜਲਾ ਕਰਾਂਗੇ। ਫੈਸਲਾ ਤੁਸੀਂ ਕਰਨਾ ਕਿ ਤੁਸੀਂ ਆਪਣਾ ਭਵਿੱਖ ਉਜਲਾ ਦੇਖਣਾ ਚਾਹੁੰਦੇ ਹੋ, ਜਾਂ ਆਪਣਾ ਭਵਿੱਖ 2000 ਰੁਪਈਆ ਲੈ ਕੇ ਧੁੰਦਲਾ ਵੇਖਣਾ ਚਾਹੁੰਦੇ ਹੋ। ਜੇਕਰ ਸਰ ਤੁਹਾਡੀ ਸਰਕਾਰ ਆਉਂਦੀ ਹੈ ਅਤੇ ਤੁਸੀਂ ਸਪੈਸ਼ਲੀ ਲੇਡੀਜ਼ ਲਈ ਕੀ ਕਰੋਗੇ? ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਤਾਂ ਕੀਤੇ ਗਏ ਆ ਪਰ ਪੂਰੇ ਨਹੀਂ ਕੀਤੇ ਗਏ। ਲੇਡੀਜ਼ ਦਾ ਕਹਿਣਾ ਕਿ 1000-1000 ਰੁਪਏ ਜਿਹੜੇ ਸਾਡੇ ਅਕਾਊਂਟਾਂ ਦੇ ਵਿੱਚ ਹੀ ਨਹੀਂ ਆਇਆ। ਆਏ ਨਹੀਂ, ਉਹ ਤਾਂ ਸਭ ਸੱਚ ਬੋਲਦੀਆਂ ਬੀਬੀਆਂ। ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀਆਂ ਬੀਬੀਆਂ ਨਾਲ ਵਾਅਦਾ ਕੀਤਾ ਸੀ ਵੀ ਅਸੀਂ, ਸਾਨੂੰ ਮੌਕਾ ਦਿਓ, ਅਸੀਂ 1000 ਰੁਪਇਆ ਹਰ ਮਹੀਨੇ ਤੁਹਾਡੇ ਅਕਾਊਂਟ ਵਿੱਚ ਪਾਵਾਂਗੇ। 26-27 ਮਹੀਨੇ ਬੀਤ ਗਏ, ਹਰ ਇੱਕ ਬੀਬੀ ਦਾ 26-27 ਹਜ਼ਾਰ ਰੁਪਈਆ ਇਹਨਾਂ ਵੱਲ ਜਮ੍ਹਾਂ ਹੋ ਗਿਆ। ਹੁਣ 26-27 ਹਜ਼ਾਰ ਰੁਪਇਆ ਦੇਣ ਦੀ ਬਜਾਏ ਕੱਲ੍ਹ ਮੁੱਖ ਮੰਤਰੀ ਨੇ ਇੱਕ ਕੋਝਾ ਮਜ਼ਾਕ ਕੀਤਾ ਸਾਡੀਆਂ ਬੀਬੀਆਂ ਦੇ ਨਾਲ, ਜਿਹੜੀਆਂ ਮਾਈ ਭਾਗੋ ਦੀਆਂ ਵਾਰਸ ਨੇ, ਉਹਨਾਂ ਨਾਲ ਕੋਝਾ ਮਜ਼ਾਕ ਕਰਕੇ ਵੀ ਮੈਂ 1100 ਦਊਂ, 1000 ਦੇ ਨਹੀਂ ਸਕਿਆ, ਮੈਂ 1100 ਦਊਂ। ਇਹ ਬੰਦਾ ਸਾਡੀਆਂ ਬੀਬੀਆਂ ਦੀ ਇਨਸਲਟ ਕਰ ਰਿਹਾ। ਸਾਡੀਆਂ ਅਣਖੀ ਅਤੇ ਅਣਖੀਲੇ ਪੰਜਾਬੀ ਸੂਰਬੀਰ ਯੋਧਿਆਂ ਬੀਬੀਆਂ ਦੀ ਇਹਨੇ ਇਨਸਲਟ ਕੀਤੀ ਆ। ਇਹਨੂੰ ਇਸ ਗੱਲ ਦੀ ਮਾਫ਼ੀ ਮੰਗਣੀ ਚਾਹੀਦੀ ਸਾਡੀਆਂ ਬੀਬੀਆਂ ਤੋਂ, ਸਾਡੇ ਪਰਿਵਾਰਾਂ ਤੋਂ, ਸਾਡੇ ਪੰਜਾਬੀ ਅਤੇ ਬੀਬੀਆਂ ਅਤੇ ਸਾਡੇ ਬਜ਼ੁਰਗ ਭਾਈ ਇਹਦਾ ਘਿਰਾਓ ਕਰਨ, ਇਹਦਾ ਸਿਆਪਾ ਕਰਨ। ਇਹ ਐਸਾ ਵਿਅਕਤੀ ਜਿਹੜਾ ਸਾਡੇ 'ਤੇ ਸਾਨੂੰ ਤੋਹਮਤਾਂ ਲਾਉਂਦਾ, ਸਾਨੂੰ ਮਜ਼ਾਕ ਕਰਦਾ, ਸਾਡੀਆਂ ਬੀਬੀਆਂ ਨੂੰ ਮਜ਼ਾਕ ਕਰਦਾ, ਇਹ ਬੰਦਾ ਸਾਡੇ ਪੰਜਾਬ ਦੇ ਲੋਕਾਂ ਦੀ ਬਰਦਾਸ਼ਤ ਦੀ ਹੱਦ ਤੋਂ ਬਾਹਰ ਦੀ ਗੱਲ ਆ। ਸਰ ਹਮੇਸ਼ਾ ਇੱਕ ਚੀਜ਼ ਜਿਹੜੀ ਹੈ ਲੋਕਾਂ ਤੋਂ ਸੁਣਨ ਨੂੰ ਮਿਲਦੀ ਹੈ, ਜਦੋਂ ਵੋਟ ਲੈਣ ਆਉਂਦੇ ਤਾਂ ਹੱਥ ਜੋੜ ਕੇ ਲੈਣ ਆਉਂਦੇ ਨੇ ਕਿ ਸਾਨੂੰ ਵੋਟ ਦਿਓ, ਅਸੀਂ ਕੈਂਪੇਨਿੰਗ ਵੀ ਕਰਦੇ, ਡੋਰ ਟੂ ਡੋਰ ਵੀ ਜਾਂਦੇ ਨੇ, ਪਰ ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਉਹ ਸਾਡੇ ਹੱਥ ਜੁੜਾ ਦਿੰਦੇ ਨੇ। ਮਤਲਬ ਕਿ ਸਾਡੇ ਕੰਮ ਨੇ, ਅਸੀਂ ਸਾਨੂੰ ਘੱਟੋ ਘੱਟ 7 ਤੋਂ 8 ਵਾਰੀ ਚੱਕਰ ਲਾਉਣੇ ਪੈਂਦੇ ਨੇ, ਬਹੁਤ ਫੋਰਮੈਲਿਟੀਜ਼ ਕਰਨੀ ਪੈਂਦੀ, ਸਿਫਾਰਿਸ਼ਾਂ ਲਾਉਣੀਆਂ ਪੈਂਦੀਆਂ। ਸਰ ਇੱਦਾਂ ਕਿਉਂ ਹੁੰਦਾ ਆ? ਦੇਖੋ ਇਹ ਬਿਲਕੁਲ ਤੁਹਾਡਾ ਵੈਲਿਡ ਸਵਾਲ ਆ ਜੀ, ਵੀ ਜਦੋਂ ਅਸੀਂ ਵੋਟ ਲੈਣ ਜਾਂਦੇ ਹਾਂ ਅਸੀਂ ਹੱਥ ਵੀ ਜੋੜਦੇ ਹਾਂ, ਅਸੀਂ ਬਹੁਤ ਕੁਛ ਕਰਦੇ ਹਾਂ, ਮਿਹਨਤਾਂ ਵੀ ਕਰਦੇ ਹਾਂ, ਤਰਲੇ ਵੀ ਕਰਦੇ ਹਾਂ। ਹਾਲਾਂਕਿ ਵੋਟ ਮਾਲਕ, ਵੋਟਰ ਮਾਲਕ ਆ ਸਾਡਾ, ਵੋਟ ਸਾਨੂੰ ਅਖਤਿਆਰਨਾਮਾ ਦਿੰਦਾ ਆਪਦਾ, 5 ਸਾਲ ਲਈ ਸਾਨੂੰ ਆਪਣਾ ਅਖਤਿਆਰ ਦਿੰਦਾ ਵੀ ਤੂੰ ਸਾਡੇ ਲਈ ਕੰਮ ਕਰਨਾ। ਸਾਨੂੰ ਉਹ ਆਪਣਾ ਸੇਵਾਦਾਰ ਕਹਿ ਲਈਏ, ਆਪਣਾ ਨੌਕਰ ਕਹਿ ਲਈਏ, ਉਹ ਬਣਾਉਂਦਾ। ਵੋਟ ਲੈ ਕੇ ਅਸੀਂ ਜਿੱਤ ਜਾਂਦੇ ਹਾਂ ਅਤੇ ਅਸੀਂ ਹੁਕਮਰਾਨ ਬਣ ਜਾਂਦੇ ਹਾਂ, ਅਸੀਂ ਹੁਕਮ ਕਰਨ ਲੱਗ ਜਾਂਦੇ ਹਾਂ, ਅਸੀਂ ਉਹਨਾਂ ਨੂੰ ਲਤਾੜਨ ਲੱਗ ਜਾਂਦੇ ਹਾਂ, ਉਹਨਾਂ 'ਤੇ ਮੁਕੱਦਮੇ ਦਰਜ ਕਰਾਉਣ ਲੱਗ ਜਾਂਦੇ ਹਾਂ, ਅਸੀਂ ਉਹਨਾਂ ਦਾ ਕੰਮ ਕਰਨ ਦੀ ਬਜਾਏ ਉਹਨਾਂ ਨੂੰ ਬਾਹਰ ਬਿਠਾ ਕੇ ਵੇਟ ਕਰਾਉਂਦੇ ਹਾਂ। ਇਹ ਕੁਛ ਹੁੰਦਾ, ਅਸੀਂ ਉਹਨਾਂ ਦੇ ਫੋਨ ਨਹੀਂ ਚੱਕਦੇ। ਇਹ ਜਿਹੜੇ ਹੁਕਮਰਾਨ ਬਣ ਜਾਂਦੇ ਨੇ ਇਹ ਸੇਵਾਦਾਰ ਨਹੀਂ ਰਹਿ ਗਏ। ਸੇਵਾਦਾਰ ਬੰਦਾ ਹੋਣਾ ਚਾਹੀਦਾ, ਸੇਵਾਦਾਰ ਬੰਦਾ ਬਣਨਾ ਚਾਹੀਦਾ। ਜਦ ਸਾਨੂੰ ਉਹਨਾਂ ਨੇ ਪਾਵਰ ਦਿੱਤੀ ਹੈ, ਪਾਵਰ ਸਾਡੀ ਪਾਵਰ ਹੈ ਜਿਹੜੀ ਨਾ, ਜਿਹੜੀ ਪਾਵਰ ਅਸੀਂ ਵਰਤ, ਹਾਂ ਉਹ ਸਾਡੇ ਦਾਤਾ ਨੇ,
ਉਹ ਸਾਡੇ ਦਾਤੇ ਨੇ, ਪਰ ਅਸੀਂ ਉਹਨਾਂ ਨੂੰ ਨੌਕਰ ਮੰਨਦੇ ਹਾਂ, ਉਹਨਾਂ ਦੀ ਇਨਸਲਟ ਕਰਦੇ ਹਾਂ। ਇਹ ਬਿਲਕੁਲ ਵਰਤੀਰਾ ਗਲਤ ਆ। ਔਰ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਲੋਕਾਂ ਨੂੰ ਨਾ ਚੁਣੋ, ਸਿਰਫ ਸੇਵਾਦਾਰ ਚੁਣੋ, ਆਪਣਾ ਚੁਣੋ, ਲੁਧਿਆਣੇ ਵੀ ਚੁਣੋ, ਤੁਹਾਡੇ ਵਿੱਚ ਰਹਿਣ ਵਾਲਾ ਚੁਣੋ, ਪਰਖਿਆ ਹੋਇਆ ਚੁਣੋ, ਜਿਹੜਾ ਤੁਹਾਡੇ ਪਰਖ 'ਤੇ ਖਰਾ ਉਤਰਿਆ ਉਹਨੂੰ ਚੁਣੋ, ਜਿਹੜਾ ਤੁਹਾਡੀ ਪਰਖ 'ਤੇ ਖਰਾ ਨਹੀਂ ਉਤਰਿਆ, ਦੋ ਵਾਰ ਬਿੱਟੂ ਬਣਿਆ ਤੁਹਾਡੀ ਪਰਖ 'ਤੇ ਖਰਾ ਨਹੀਂ ਉਤਰਿਆ, ਅੱਜ ਵੀ ਜੇ ਕੋਈ ਵੀ ਇੱਕ ਵੀ ਬਿੱਟੂ ਨੂੰ ਵੋਟ ਪੈਂਦੀ ਆ, ਉਹਨਾਂ ਲੋਕਾਂ ਦੀ ਸਮਝ 'ਤੇ ਲੋਕ ਸ਼ੱਕ ਕਰਨਗੇ ਵੀ ਜਿਹੜਾ ਬੰਦਾ ਦੋ ਵਾਰ ਧੋਖਾ ਦੇ ਚੁੱਕਿਆ ਹੋਵੇ, ਤੀਜੀ ਵਾਰੀ ਉਹਦੇ ਨੂੰ ਵੋਟ ਪੈ ਰਹੀ ਹੋਵੇ, ਅਤੇ ਫਿਰ ਸਾਡੀ ਸਮਝ ਜਿਹੜੀ ਆ ਉਹ ਉਹਦੇ 'ਤੇ ਸ਼ੱਕ ਕਰਨਾ ਬਣਦਾ, ਸਾਡੀ ਸਮਝ ਜਿਹੜੀ ਜਾਇਜ਼ ਨਹੀਂ ਗੀ, ਅਸੀਂ ਲਾਇਕ ਨਹੀਂ ਗਏ, ਅਸੀਂ ਵੋਟ ਪਾਉਣ ਦੇ ਵੋਟ ਦੇ ਅਧਿਕਾਰ ਦੇ ਲਾਇਕ ਹੀ ਹੈ ਨਹੀਂ, ਸਾਨੂੰ ਵੋਟ ਦਾ ਪਤਾ ਹੀ ਨਹੀਂ ਵੀ ਕੀ ਵੋਟ ਹੁੰਦੀ ਜੀ। ਅਤੇ ਸਰ ਆਪਾਂ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ, ਬਹੁਤ ਜ਼ਿਆਦਾ ਵਾਅਦੇ ਨੇ ਜਿਹੜੇ ਕੀਤੇ ਜਾਂਦੇ ਨੇ, ਮੌਜੂਦਾ ਸਰਕਾਰ ਵੱਲੋਂ ਵੀ ਕਿਹਾ ਗਿਆ ਸੀਗਾ ਜਿਹੜਾ ਵੀ ਬੱਚਾ ਇੱਥੇ ਸਟੱਡੀ ਕਰ ਰਿਹਾ, ਡਿਗਰੀ ਲੈ ਰਿਹਾ, 7-8 ਲੱਖ ਰੁਪਏ ਲਾ ਰਿਹਾ, ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ। ਪਰ ਜਦੋਂ 7-8 ਲੱਖ ਰੁਪਏ ਲਾ ਕੇ ਡਿਗਰੀ ਲੈ ਕੇ ਇੱਥੇ 10-15 ਹਜ਼ਾਰ ਦੀ ਨੌਕਰੀ ਕਰਨੀ ਪੈਂਦੀ ਹੈ, ਬੱਚਾ ਉਹ ਕਰਨ ਨੂੰ ਨਹੀਂ ਤਿਆਰ ਹੁੰਦਾ, ਤੁਸੀਂ ਉਸ ਚੀਜ਼ ਨੂੰ ਕਿਸ ਵੇ ਨਾਲ ਦੇਖਦੇ ਹੋ, ਕਿਸ ਨਜ਼ਰੀਏ ਨਾਲ ਦੇਖਦੇ? ਦੇਖੋ, ਅੱਜ ਕੱਲ੍ਹ ਜਿਹੜਾ ਸਾਡੀ ਡਿਗਰੀਆਂ ਵਾਲੇ ਚੱਕਰ 'ਚ ਪੈਣਾ ਨਹੀਂ ਚਾਹੀਦਾ ਬੱਚਿਆਂ ਨੂੰ, ਸਾਡੀ ਸਕਿੱਲ ਡਿਵੈਲਪਮੈਂਟ ਜਿਹੜੀ ਸਾਡੀ ਐਜੂਕੇਸ਼ਨ ਉਹ ਚੇਂਜ ਹੋਣੀ ਚਾਹੀਦੀ ਹੈ। ਅਸੀਂ ਜਮ੍ਹਾਂ ਘਟਾਓ ਦੀਆਂ ਡਿਗਰੀਆਂ ਲੈ ਕੇ ਤੁਰੇ ਫਿਰਦੇ ਹਾਂ, ਜੋਬਾਂ ਮਿਲਦੀਆਂ ਨੀਗੀਆਂ, ਜੋਬਾਂ ਸਰਕਾਰਾਂ ਦੇ ਵੀ ਨਹੀਂ ਸਕਦੀਆਂ, ਇੰਨੀਆਂ ਜੋਬਾਂ ਕਿੱਥੋਂ ਲੈਣੀਆਂ? ਸਾਨੂੰ ਐਜੂਕੇਸ਼ਨ ਦਾ ਸਟੈਂਡਰਡ ਚੇਂਜ ਕਰਨਾ ਚਾਹੀਦਾ, ਸਕਿੱਲ ਐਜੂਕੇਸ਼ਨ ਵੱਲ ਵਧਣਾ ਚਾਹੀਦਾ। ਅਸੀਂ ਸਕਿੱਲ ਐਜੂਕੇਸ਼ਨ ਹਾਸਲ ਕਰੀਏ, ਆਪਣਾ ਕਿੱਤਾ ਮੁਖੀ ਐਜੂਕੇਸ਼ਨ ਹਾਸਲ ਕਰਕੇ ਆਪਣੇ ਕਿੱਤੇ ਕਰੀਏ, ਆਪਣਾ ਕਿੱਤਾ ਕਰਕੇ ਨਾਲ ਹੋਰ 4 ਬੰਦਿਆਂ ਨੂੰ ਜੋਬ ਵੀ ਦਈਏ। ਇੱਧਰਲੇ ਬੰਨੇ ਵਧਣ ਦੀ ਲੋੜ ਆ। ਜੇ ਅਸੀਂ ਡਿਗਰੀਆਂ ਵੱਲ ਜਾਵਾਂਗੇ, ਡਿਗਰੀਆਂ ਲੈ ਕੇ ਬੱਚਾ ਫਿਰ ਉਦੋਂ ਬਾਅਦ ਡਿਮੋਰਟਾਈਜ਼ ਹੋ ਜਾਂਦਾ, ਛੋਟੀ ਨੌਕਰੀ ਕਰ ਨਹੀਂ ਸਕਦਾ, ਵੱਡੀ ਨੌਕਰੀ ਮਿਲਦੀ ਨਹੀਂ, ਅਤੇ ਇਸ ਕਰਕੇ ਬੱਚਾ ਫਿਰ ਨਸ਼ਿਆਂ ਜਾਂ ਮਾੜੇ ਕੰਮਾਂ ਦੇ ਵਿੱਚ ਪੈ ਜਾਂਦਾ। ਅੱਛਾ, ਲੱਗਦਾ ਸਿਰਫ ਲਾਰੇ ਲਾਏ ਜਾਂਦੇ ਨੌਜਵਾਨਾਂ ਨੂੰ ਡਿਗਰੀਆਂ ਦੇ ਨਾਮ 'ਤੇ, ਕਿਉਂਕਿ ਹਰ ਕਿਸੇ ਨੂੰ ਪੜ੍ਹਨ ਦਾ ਸ਼ੌਂਕ ਹੁੰਦਾ, ਹਰ ਕੋਈ ਚਾਹੁੰਦਾ ਮੈਂ ਆਪਣੇ ਵਿਜ਼ਨ ਤੱਕ ਪਹੁੰਚਾਂ, ਮੈਂ ਇੱਕ ਬੱਚਾ ਜਿਹੜਾ ਸਟਾਰਟਿੰਗ ਤੋਂ ਹੀ ਸੁਪਨਾ ਦੇਖਣਾ ਸਟਾਰਟ ਕਰਦਾ ਵੀ ਮੈਂ ਡਾਕਟਰ ਬਣਨਾ ਜਾਂ ਫਿਰ ਮੈਂ ਇੰਜੀਨੀਅਰ ਬਣਨਾ ਜਾਂ ਫਿਰ ਮੈਂ ਟੀਚਰ ਬਣਨਾ, ਪਰ ਡਿਗਰੀ ਲੈ ਲੈਂਦਾ, ਪੈਸੇ ਲਾ ਲੈਂਦਾ, ਪਰ ਨੌਕਰੀ ਨਹੀਂ ਮਿਲ ਪਾਉਂਦੀ, ਬਹੁਤ ਜ਼ਿਆਦਾ ਨਿਰਾਸ਼ਾ ਜਿਹੜੀ ਹੈ ਦੇਖਣੀ ਪੈਂਦੀ ਹੈ। ਨਹੀਂ, ਮੈਂ ਕਹਿੰਦਾ ਵੀ ਨੌਕਰੀਆਂ ਸਾਰਿਆਂ ਨੂੰ ਨਹੀਂ ਮਿਲ ਸਕਦੀਆਂ, ਕਦੇ ਵੀ ਨਹੀਂ ਮਿਲ ਸਕਦੀਆਂ, ਕੋਈ ਵੀ ਗੌਰਮੈਂਟ ਨਹੀਂ ਦੇ ਸਕਦੀ, ਸਾਰੀਆਂ ਪ੍ਰਾਈਵੇਟ ਮਿਲਦੀਆਂ ਨੇ। ਬਾਹਰ ਵੀ ਨੌਕਰੀਆਂ ਪ੍ਰਾਈਵੇਟ ਨੇ, ਗੌਰਮੈਂਟ ਦੀਆਂ ਜੋਬਾਂ ਨੀਗੀਆਂ, ਇੱਥੇ ਪ੍ਰਾਈਵੇਟ ਜੋਬਸ ਮਿਲ ਜਾਂਦੀਆਂ ਨੇ, ਪਰ ਉਹਦੀ ਜਿਹੜੀ ਪੇ ਹੁੰਦੀ ਆ ਜਿਹੜੀ ਉਹ ਘੱਟ ਹੁੰਦੀ ਆ, ਤਨਖਾਹ ਘੱਟ ਹੁੰਦੀ ਆ, ਜਿਹੜੀ ਤਨਖਾਹ ਘੱਟ ਤੇ ਬੱਚਾ ਕੰਮ ਨਹੀਂ ਕਰ ਸਕਦਾ, ਖਰਚੇ ਪੂਰੇ ਨਹੀਂ ਹੁੰਦੇ, ਜਿੰਨੇ ਖਰਚੇ ਆਪਾਂ ਕੀਤੇ ਨੇ ਡਿਗਰੀ ਹਾਸਲ ਕਰਨ ਲਈ, ਉਹਦੇ ਮੁਕਾਬਲੇ ਸਾਡੀ ਜਿਹੜੀ ਤਨਖਾਹ ਬਹੁਤ ਘੱਟ ਹੁੰਦੀ ਹੈ, ਜਿਸ ਕਰਕੇ ਬੱਚਾ ਫਿਰ ਉਹ ਜੋਬ ਕਰਦਾ ਨਹੀਂ, ਅਤੇ ਜੋਬ ਨਾ ਕਰਨ ਕਰਕੇ ਉਹ ਫਿਰ ਗਲਤ ਰਸਤੇ 'ਤੇ ਤੁਰ ਪੈਂਦਾ, ਕਈ ਵਾਰੀ ਲੁੱਟਾਂ ਖੋਹਾਂ ਲਟੇਰੇ ਬਣ ਜਾਂਦੇ ਨੇ, ਮਾੜੇ ਰਸਤੇ ਚੱਲ ਪੈਂਦੇ ਨੇ, ਜੋ ਕਿ ਉਹਨਾਂ ਦਾ ਭਵਿੱਖ ਧੁੰਦਲਾ ਹੋ ਜਾਂਦਾ, ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਬੱਚਾ ਜੇਲ੍ਹ 'ਚ ਵੀ ਚਲੇ ਜਾਂਦਾ, ਅਤੇ ਰਸਤਾ ਗਲਤ ਅਖਤਿਆਰ ਹੋਣ ਕਰਕੇ ਕਈ ਬੱਚੇ ਗੈਂਗਸਟਰ ਬਣ ਜਾਂਦੇ ਨੇ, ਕਈ ਬੱਚੇ ਹੋਰ ਮਾੜੇ ਕੰਮ ਕਰਨ ਲੱਗ ਜਾਂਦੇ, ਜਿਹੜਾ ਕਿ ਅਲਟੀਮੇਟ ਨੁਕਸਾਨਦਾਇਕ ਆ। ਸਰ, ਆਪਾਂ ਦੇਖ ਰਹੇ ਸੀਗੇ, ਆਪਾਂ ਸਰਵੇ ਕਰ ਰਹੇ ਹਾਂ ਕਿ ਇਲੈਕਸ਼ਨਾਂ ਨੂੰ ਲੈ ਕੇ, ਆਪਾਂ ਦੇਖ ਰਹੇ ਹਾਂ ਕਿ ਸਾਨੂੰ ਸਾਰੇ ਆਮ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਕਿ ਨਸ਼ੇ ਕਰ ਰਹੇ ਨੇ ਸਾਡੇ ਨੌਜਵਾਨ, ਕੁੜੀਆਂ ਤੱਕ ਨਸ਼ੇ ਕਰ ਰਹੀਆਂ ਨੇ, ਜਦਕਿ ਹਰ ਵਾਰ ਕਿਹਾ ਜਾਂਦਾ ਕਿ ਪੰਜਾਬ ਨੂੰ ਜਿਹੜਾ ਨਸ਼ਾ ਫ੍ਰੀ ਬਣਾਇਆ ਜਾਊਗਾ, ਇਸ ਬਾਰੇ ਕੀ ਕਹਿਣਾ ਚਾਹੋ? ਦੇਖੋ, ਬੜੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਨੇ, ਕਰਦੇ ਨੇ, ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਨਸ਼ਾ ਨਹੀਂ ਹੋਣਾ ਚਾਹੀਦਾ, ਪਰ ਮੇਰੇ ਹਿਸਾਬ ਨਾਲ ਨਸ਼ਾ ਸਰਕਾਰਾਂ ਨਹੀਂ ਹਟਾ ਸਕਦੀਆਂ। ਨਸ਼ਾ ਹਟਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਧਾਰਮਿਕ ਜਥੇਬੰਦੀਆਂ, NGOs, ਸਾਰੇ ਜਿੰਨੇ ਵੀ ਸਮਾਜ ਸੇਵੀ ਲੋਕ ਨੇ ਉਹ ਇਕੱਠੇ ਹੋ ਕੇ ਅਵੇਅਰਨੈਸ ਲੈ ਕੇ ਆਉਣ। ਅਵੇਅਰਨੈਸ ਦੀ ਲੋੜ ਆ, ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਛੇੜਨ ਦੀ ਲੋੜ ਆ।
ਸਾਨੂੰ ਬੱਚਿਆਂ ਨੂੰ ਬਚਾਉਣ ਦੀ ਖਾਤਰ ਜੇ ਕਹੀਏ ਮੁਕੱਦਮੇ ਦਰਜ ਕਰਾਂਗੇ ਬੱਚਿਆਂ ਨੂੰ ਅੰਦਰ ਦੇ ਦਾਂਗੇ ਉਹਨਾਂ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ। ਠੀਕ ਹੈ ਵੀ ਕਾਰਵਾਈ ਬਰਾਬਰ ਚੱਲਣੀ ਚਾਹੀਦੀ ਆ ਪਰ ਅਵੇਅਰਨੈਸ ਲਿਆਉਣ ਦੀ ਬਹੁਤ ਵੱਡੀ ਜ਼ਰੂਰਤ ਆ। ਅਵੇਅਰਨੈਸ ਲਿਆ ਕੇ ਹੀ ਇਹ ਜਿਹੜਾ ਮਸਲਾ ਹੱਲ ਕੀਤਾ ਜਾ ਸਕਦਾ, ਹੋਰ ਕੋਈ ਨਹੀਂ। ਇਹ ਸਮੱਸਿਆ ਵਿਸ਼ਵ ਵਿਆਪੀ ਸਮੱਸਿਆ, ਪੂਰੇ ਵਿਸ਼ਵ ਦੀ ਸਮੱਸਿਆ ਵਾ। ਨਹੀਂ ਮੈਸੇਜ ਤਾਂ ਮੇਰੀ ਦੇਖੋ ਵੋਟ ਦੀ ਗੱਲ ਚੱਲਦੀ ਆ, ਸਮਾਂ ਵੋਟਾਂ ਦਾ, ਅਤੇ ਮੇਰੀ ਤਾਂ ਸਾਰੇ ਵੋਟਰ ਵੀਰਾਂ ਨੂੰ ਬੇਨਤੀ ਆ ਇੱਕ ਤਾਂ ਵੋਟ ਪਾਉਣ ਜ਼ਰੂਰ ਜਾਓ, ਵੋਟ ਪਾਉਣੀ ਚਾਹੀਦੀ ਆ। ਦੂਸਰੀ ਮੇਰੀ ਇਹ ਬਈ ਵੋਟ ਬਹੁਤ ਅਹਿਮੀਅਤ ਰੱਖਦੀ ਆ ਸਾਡੇ ਭਵਿੱਖ ਦਾ ਫੈਸਲਾ ਕਰਨਾ। ਆਉਣ ਵਾਲੇ 5 ਸਾਲ ਅਸੀਂ ਕਿਸ ਦੇ ਹੱਥਾਂ 'ਚ ਦੇਣੇ ਆ ਇਹ ਫੈਸਲਾ ਕਰਨਾ, ਇਹ ਬਹੁਤ ਵਿਚਾਰ ਕੇ ਸੋਚ ਕੇ ਕੈਂਡੀਡੇਟਾਂ ਵੱਲ ਦੇਖ ਕੇ ਪਾਰਟੀ ਵੱਲ ਦੇਖ ਕੇ ਵੋਟ ਪਾਉਣੀ ਚਾਹੀਦੀ ਹੈ, ਵੋਟ ਸਿੱਟਣੀ ਨਹੀਂ ਚਾਹੀਦੀ। ਦੇਖੋ ਵੀ ਸਾਡੇ ਲੁਧਿਆਣੇ ਦਾ ਬੰਦਾ ਜਾਂ ਆਪਣੇ ਜ਼ਿਲ੍ਹੇ ਦਾ ਬੰਦਾ ਹੈ ਕਿ ਨਹੀਂ ਹੈ, ਬਾਹਰੋਂ ਤਾਂ ਨਹੀਂ ਆਇਆ, ਉਹਦਾ ਬੈਕਗ੍ਰਾਊਂਡ ਕੀ ਆ, ਉਹਨੇ ਹੁਣ ਤੱਕ ਕੀਤਾ ਕੀ ਆ, ਉਹਨੇ ਸਾਨੂੰ ਕੋਈ ਡਿਲੀਵਰ ਕੀਤਾ ਕਿ ਨਹੀਂ ਕੀਤਾ, ਇਹ ਸਾਰਾ ਕੁਛ ਦੇਖ ਕੇ ਭੱਕ ਕੇ ਫਿਰ ਸਾਨੂੰ ਵੋਟ ਪਾਉਣੀ ਚਾਹੀਦੀ ਆ। ਵੋਟ ਪਾਰਟੀਆਂ ਅਧਾਰਤ, ਜਾਤ ਧਰਮ ਕਿਸੇ ਅਧਾਰਤ ਨਹੀਂ ਪਾਉਣੀ ਚਾਹੀਦੀ, ਕਿਉਂਕਿ ਵੋਟ ਨੇ ਸਾਡੇ ਭਵਿੱਖ ਦਾ ਫੈਸਲਾ ਕਰਨਾ ਅਤੇ ਸਾਰਿਆਂ ਦੇ ਭਵਿੱਖ ਦਾ ਫੈਸਲਾ ਕਰਨਾ, ਬੱਚਿਆਂ ਦਾ ਆਉਣ ਵਾਲੇ ਸਮਾਂ ਨਿਸ਼ਚਿਤ ਕਰਨਾ। ਇਸ ਕਰਕੇ ਵੋਟ ਪਾਉਣ ਤੋਂ ਪਹਿਲਾਂ ਕਈ ਮੈਜਰਮੈਂਟਸ ਲੈਣੇ ਚਾਹੀਦੇ ਆ, ਉਹ ਸਾਰੇ ਲੈ ਕੇ ਵੋਟ ਪਾਉਣੀ ਚਾਹੀਦੀ ਆ। ਸੋ ਗੱਲ ਕਰਕੇ ਤੁਹਾਡੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਿਆ, ਉਮੀਦ ਕਰਦੀ ਹਾਂ ਤੁਹਾਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਊਗਾ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ। ਅਤੇ ਜੇ ਆਪਾਂ ਗੱਲ ਕਰੀਏ ਵੋਟਾਂ ਦੀ, ਤਾਂ ਅਸੀਂ ਦੇਖਦੇ ਸਾਡੇ ਨੌਜਵਾਨ ਜਿਹੜੇ ਵੋਟ ਪਾਉਣ ਨੂੰ ਤਿਆਰ ਹੀ ਨਹੀਂ ਹੈਗੇ, ਅਤੇ ਅਸੀਂ ਵੀ ਇਹੀ ਅਪੀਲ ਕਰਨਾ ਚਾਹੁੰਦੇ ਤੁਸੀਂ ਵੱਧ ਚੜ ਕੇ ਜਿਹੜਾ ਆ ਹਿੱਸਾ ਲਓ ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਮਤਦਾਨ ਕਰੋ। ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਵਿਪਨ ਬੱਸੀ ਨਾਲ।